एक नामी कंपनी एयरलाइंस ते रिलायंस वधिया पेट्रोल ते डीजल ते दूजिया पंपां नालों सस्ता डीजल देण दा दावा करदा है। ਸਾਰਿਆਂ ਨੂੰ ਗੱਲ ਕਹਿੰਦਾ ਹੈ ਵੀ ਮੋਦੀ ਤੇ ਅਗਾਨੀ ਨੂੰ ਭਜਾਓ ਤੇ ਇਹ ਭਜਾਓ ਇਹ ਪੈਟਰੋਲ ਪੰਪ ਨੂੰ ਬੰਦ ਕਰੋ ਸੀਲ ਕਰੋ। ਜਦੋਂ ਅਸੀਂ ਪੱਤਰਕਾਰ ਨੂੰ ਲੈ ਕੇ ਇੱਥੇ ਪੰਪ ਤੇ ਪਹੁੰਚੇ ਤਾਂ ਸਾਡੇ ਹੁਣ ਤੋਂ ਪਹਿਲਾਂ 150-200 ਲਗਭਗ ਮੋਟਰਸਾਈਕਲ ਕਾਰਾਂ ਟਰੱਕ ਡੀਜ਼ਲ ਵਿੱਚ ਵੀ ਪਾਣੀ ਹੈ। ਚੱਕਿਆ ਹੋਇਆ ਬੋਤਲ ਦੇ ਵਿੱਚ ਪਵਾਇਆ ਸੀ ਤੁਸੀਂ? ਨਹੀਂ 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 ਭਾਜੀ, ਟੈਂਕੀ ਫੁੱਲ ਕਰਾਈ ਆ, ਥੱਲੋਂ ਨਟ ਖੋਲ ਕੇ ਚੈੱਕ ਕੀਤਾ ਤਾਂ ਪਾਣੀ ਨਿਕਲ ਗਿਆ ਜੀ। ਜੀ ਸਰ, ਏਜੰਸੀ ਤੋਂ ਨਵੀਂ ਬਾਈਕ ਲੈ ਕੇ ਆਇਆ CT 100। ਅੱਛਾ ਜੀ। ਅਜੇ ਕੈਸ਼ ਪੇਮੈਂਟ ਕਰਕੇ ਲੈ ਕੇ ਆਇਆ, ਘਰ ਵੀ ਨਾ ਗਏ। ਅੱਛਾ, ਠੀਕ ਹੈ ਜੀ। ਅੱਧਾ ਲੀਟਰ ਕੰਪਨੀ ਵਾਲਿਆਂ ਤੇਲ ਪਾਇਆ ਤੇ ਕਹਿੰਦੇ ਬਾਕੀ ਪੰਪ ਤੋਂ ਪਾਉਂਗਾ। ਅਸੀਂ ਪੰਪ ਤੋਂ ਆ ਕੇ ਹੋਰ ਤੇਲ ਪਵਾਇਆ ਜੀ 5 ਲੀਟਰ। ਅੱਛਾ ਜੀ। ਇੱਥੇ ਵਾਲਾ ਕੱਟ ਨਹੀਂ ਆਪਣਾ ਕ੍ਰੋਸ ਕੀਤਾ ਹੈਗਾ ਤੇ ਇਹਨੀ ਆਪਣਾ ਸਾਡਾ ਬਾਈਕ ਬੰਦ ਹੋ ਗਈ। ਜਦੋਂ ਮੈਂ ਪੈਟਰੋਲ ਕੱਢ ਕੇ ਦੇਖਿਆ ਤਾਂ ਪੈਟਰੋਲ ਵਿੱਚ ਪਾਣੀ ਨਿਰਾ ਹੀ। ਤੇਲ ਦੇ ਪੈਸੇ ਤਾਂ ਸਾਨੂੰ ਮਿਲ ਗਏ ਆ ਜੀ, ਤੇ ਹੁਣ ਮਕੈਨਿਕ ਦੀ ਲੇਬਰ ਆ ਉਹ ਆਪਣੇ ਕੋਲੋਂ 200 ਰੁਪਇਆ ਦੇਣੀ ਪੈਣੀ ਹੈ ਜੀ, ਜਿਹੜਾ ਪਹਿਲਾਂ 150 ਦੀ। ਨਹੀਂ ਨਹੀਂ, ਗੱਲ ਹੋਈ ਆ, ਉਹ ਕਹਿੰਦੇ ਅਸੀਂ ਦੇਵਾਂਗੇ ਜੀ ਮਕੈਨਿਕ ਦੀ, ਜੇ ਨਹੀਂ ਦਿੰਦੇ ਸਾਡੇ ਨਾਲ ਸੰਪਰਕ ਕਰੋ। ਇਸ ਵੇਲੇ ਅਸੀਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਮਲਿਕਪੁਰ ਦੇ ਰਿਲਾਇੰਸ ਪੈਟਰੋਲ ਪੰਪ ਦੇ ਉੱਤੇ ਖੜ੍ਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਇਹ ਰਿਲਾਇੰਸ ਪੈਟਰੋਲ ਪੰਪ ਹੈ, ਪਰ ਇੱਥੇ ਵੱਡੀ ਦਿੱਕਤ ਆ ਗਈ ਹੈ ਲੋਕਾਂ ਨੂੰ। ਦਿੱਕਤ ਇਹ ਹੈ ਕਿ ਪੈਟਰੋਲ ਦੀ ਥਾਂ ਦੇ ਉੱਤੇ ਪਾਣੀ ਪਾਇਆ ਗਿਆ, ਪੈਟਰੋਲ ਦੇ ਵਿੱਚ ਮਿਕਸ ਪਾਣੀ ਜਿਹੜਾ ਹੈਗਾ ਹੈ ਉਹ ਲੋਕਾਂ ਦੀਆਂ ਗੱਡੀਆਂ ਦੇ ਵਿੱਚ, ਲੋਕਾਂ ਦੇ ਮੋਟਰਸਾਈਕਲਾਂ ਦੇ ਵਿੱਚ ਪਾਇਆ ਗਿਆ। ਡੀਜ਼ਲ ਦੇ ਵਿੱਚ ਵੀ ਇਹ ਦਿੱਕਤ ਆਈ ਹੈ, ਅਤੇ ਜਿਸ ਤੋਂ ਬਾਅਦ ਵੱਖ ਵੱਖ ਕੁਝ ਲੋਕ ਤਾਂ ਇੱਥੇ ਹੀ ਖੜ੍ਹੇ ਨੇ ਅਤੇ ਕੁਝ ਲੋਕ ਰਸਤਿਆਂ ਦੇ ਵਿੱਚ ਫੋਨ ਕਰ ਰਹੇ ਨੇ ਕਿ ਉਹਨਾਂ ਨੂੰ ਦਿੱਕਤ ਆਈ ਹੈ ਅਤੇ ਉਹਨਾਂ ਦੀਆਂ ਗੱਡੀਆਂ ਬੰਦ ਹੋ ਚੁੱਕੀਆਂ ਨੇ। ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ। ਇਹ ਦੇਖੋ, ਮੋਟਰਸਾਈਕਲਾਂ ਦੀਆਂ ਜਿਹੜੀਆਂ ਟੈਂਕੀਆਂ ਖੋਲੀਆਂ ਗਈਆਂ ਨੇ ਪੈਟਰੋਲ ਦੀਆਂ, ਅਤੇ ਇਸ ਨੂੰ ਕੰਪਨੀ ਪੇ ਕਰ ਰਹੀ ਹੈ ਇਸ ਵੇਲੇ। ਇਹ ਸ਼ਿਕਾਇਤ ਅੱਜ ਦੀ ਹੀ ਹੈ ਜਾਂ ਫਿਰ ਇਹ ਪਹਿਲਾਂ ਵੀ ਕੁਝ ਇਸ ਤਰ੍ਹਾਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਜਾਂ ਕੋਈ ਤਕਨੀਕੀ ਕਾਰਨ ਰਹੇ ਨੇ? ਇਹਦੇ ਬਾਰੇ ਵੀ ਗੱਲਬਾਤ ਕਰਾਂਗੇ, ਪਰ ਇਸ ਵੇਲੇ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ। ਮਲਿਕਪੁਰ ਰੂਪਨਗਰ ਦਾ ਪਿੰਡ ਹੈ। ਮਲਿਕਪੁਰ GT ਰੋਡ ਦੇ ਉੱਤੇ ਮੇਨ ਰੋਡ ਤੁਹਾਨੂੰ ਦਿਖਾਵਾਂਗੇ, ਮੇਨ ਰੋਡ ਦੇ ਉੱਤੇ ਪੈਟਰੋਲ ਪੰਪ ਬਣਿਆ ਹੋਇਆ ਜੀ, ਜਿੱਥੇ ਲੋਕਾਂ ਨੂੰ ਦਿੱਕਤ ਆਈ ਹੈ। ਪੈਟਰੋਲ ਦੀਆਂ ਕੀਮਤਾਂ ਨਾਲ ਪਹਿਲਾਂ ਲੋਕਾਂ ਦੀ ਰੋਣੇ ਕੱਢੇ ਹੋਏ ਨੇ, ਲੋਕ ਬਹੁਤ ਜ਼ਿਆਦਾ ਗੁੱਸੇ ਵਿੱਚ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਰਕੇ ਨੇ, ਪਰ ਇੱਥੇ ਲੋਕ ਗੁੱਸੇ ਵਿੱਚ ਇਸ ਪੰਪ ਤੋਂ ਦੁਖੀ ਵੀ ਹੋਏ ਨੇ। ਸੋ ਗੱਲਬਾਤ ਕਰਾਂਗੇ, ਸਿੰਘ ਸਾਹਿਬ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਸਰ ਤੁਸੀਂ? ਅਸੀਂ ਮਰਿੰਡੇ ਤੋਂ ਆਏ ਹਾਂ ਜੀ। ਅੱਛਾ ਜੀ। ਅਤੇ ਅਨੰਦਪੁਰ ਸਾਹਿਬ ਦਰਸ਼ਨ ਮੇਲੇ ਕਰਨ ਗਏ ਸੀਗੇ। ਅੱਛਾ ਜੀ। ਦਰਸ਼ਨ ਮੇਲੇ ਕਰਕੇ ਲਗਭਗ 1:15 ਅਸੀਂ ਇੱਥੋਂ 400 ਦਾ ਤੇਲ ਪਵਾਇਆ ਸੀ। ਅੱਛਾ ਜੀ। ਜਦੋਂ ਤੇਲ ਪਾ ਕੇ ਰੋਡ 'ਤੇ ਚੜ੍ਹੇ ਤਾਂ ਅੱਗੇ ਮੋਟਰਸਾਈਕਲ ਬੰਦ ਹੋਣ ਲੱਗ ਗਿਆ। ਅਸੀਂ ਸੋਚਿਆ ਵੀ ਸਰ ਬਰਸਾਤ ਹੋਣ ਕਰਕੇ ਕੋਈ ਪਲੱਗ ਨੂੰ ਪਾਣੀ ਪੂਣੀ ਲੱਗ ਗਿਆ। ਜਦੋਂ ਅਸੀਂ ਮਕੈਨਿਕ ਕੋਲ ਗਏ ਤਾਂ ਮਕੈਨਿਕ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ ਮੋਟਰਸਾਈਕਲ ਖਲੋਤੇ ਸੀ ਜੀ। ਪਤਾ ਲੱਗਿਆ ਵੀ ਟੈਂਕੀ ਵਿੱਚ ਤੇਲ ਨਹੀਂ, ਪਾਣੀ ਹੀ ਸਪਲਾਈ ਹੋ ਰਿਹਾ। ਪਤਾ ਲੱਗਿਆ ਵੀ ਟੈਂਕੀ ਵਿੱਚ ਤੇਲ ਨਹੀਂ, ਪੰਪ ਵਾਲੇ ਪਾਣੀ ਹੀ ਪਾ ਰਹੇ ਆ। ਜਦੋਂ ਅਸੀਂ ਪੱਤਰਕਾਰ ਨੂੰ ਲੈ ਕੇ ਇੱਥੇ ਪੰਪ 'ਤੇ ਪਹੁੰਚੇ ਤਾਂ ਸਾਡੇ ਹੁਣ ਤੋਂ ਪਹਿਲਾਂ 150-200 ਲਗਭਗ ਮੋਟਰਸਾਈਕਲ ਕਾਰਾਂ ਟਰੱਕ ਡੀਜ਼ਲ ਵਿੱਚ ਵੀ ਪਾਣੀ ਆ। ਅੱਛਾ, ਇੰਨੇ ਖੜ੍ਹੇ ਸੀਗੇ? ਇੰਨੇ ਖੜ੍ਹੇ ਸੀ, ਲੋਕ ਹੱਥੋਂ ਪਾਈ ਹੁਣ ਤੱਕ ਤਿਆਰ ਸੀਗੇ। ਮੈਨੇਜਰ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਮੈਂ ਮਾਲਕ ਨੂੰ ਫੋਨ ਕਰਦਾ। ਮਾਲਕ ਨੇ ਫੋਨ ਚੁੱਕਿਆ ਕਿ ਨਹੀਂ ਚੁੱਕਿਆ, ਮੈਨੇਜਰ ਨੇ ਕੋਈ ਕੁਛ ਨਹੀਂ ਕਰਿਆ, ਮਾਲਕ ਕੋਈ ਨਹੀਂ ਪਹੁੰਚਿਆ। 1 ਵਜੇ ਤੋਂ ਲੈ ਕੇ ਅਸੀਂ ਪਰੇਸ਼ਾਨ ਹੋ ਰਹੇ ਹਾਂ, ਕੋਈ ਕਿਸੇ ਦੀ ਸੁਣ ਨਹੀਂ ਰਿਹਾ। ਕਿੰਨੇ ਘੰਟੇ ਹੋ ਗਏ ਤੁਹਾਨੂੰ ਪਰੇਸ਼ਾਨ ਹੁੰਦਿਆਂ ਨੂੰ? ਲਗਭਗ 1:15 ਤੋਂ ਲੈ ਕੇ ਤੁਸੀਂ ਹੁਣ ਵੇਖ ਲਓ 3-4 ਵੱਜ ਗਏ ਹੋਣੇ ਆ, ਤਾਂ ਅਸੀਂ ਉਹ ਜਦੋਂ ਪਰੇਸ਼ਾਨ ਹੋ ਰਹੇ ਹਾਂ ਜੀ। ਤੇਲ ਦੇ ਪੈਸੇ ਤਾਂ ਸਾਨੂੰ ਮਿਲ ਗਏ ਆ ਜੀ, ਅਤੇ ਹੁਣ ਮਕੈਨਿਕ ਦੀ ਲੇਬਰ ਆ ਉਹ ਆਪਣੇ ਕੋਲੋਂ 200 ਰੁਪਇਆ ਦੇਣੀ ਪੈਣੀ ਹੈ ਜੀ, ਜਿਹੜਾ ਪਹਿਲਾਂ 150 ਦੀ। ਨਹੀਂ ਨਹੀਂ, ਗੱਲ ਹੋਈ ਆ, ਉਹ ਕਹਿੰਦੇ ਅਸੀਂ ਦੇਵਾਂਗੇ ਜੀ ਮਕੈਨਿਕ ਦੀ, ਜੇ ਨਹੀਂ ਦਿੰਦੇ ਸਾਡੇ ਨਾਲ ਸੰਪਰਕ ਕਰੋ। ਅਤੇ 1.5-2 ਲੀਟਰ ਸੀ ਸਾਡੇ 'ਚ ਤੇਲ ਪਹਿਲਾਂ ਸੀਗਾ, ਉਹ ਖਤਮ ਹੋ ਗਿਆ, ਤਾਂ ਉਹ ਹਿਸਾਬ ਕਿਤਾਬ ਹੈ ਨਹੀਂ ਵੀ ਕਿੰਨਾ ਕੁ ਤੇਲ ਹੈ ਸੀ ਕਿੰਨਾ ਕੁ ਨਹੀਂ ਜੀ। ਜੀ ਜੀ ਜੀ। ਪਰ ਮੈਂ ਤਾਂ ਇਹੀ ਗੱਲ ਕਰੂੰਗਾ ਵੀ ਇਹੋ ਜਿਹੀਆਂ ਜਿਹੜੀਆਂ ਘਟੀਆਂ ਕਰਸਤਾਨੀਆਂ ਹੁੰਦੀਆਂ, ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ। ਤੇਲ ਤਾਂ ਪਹਿਲਾਂ ਹੀ ਇੰਨਾ ਮਹਿੰਗਾ ਹੋ ਜਿਹੜੇ ਇੱਥੇ ਲੋਕ ਖੜ੍ਹੇ ਸੀਗੇ ਉਹਨਾਂ ਦਾ ਕੀ ਕਹਿਣਾ ਸੀ ਵੀ ਇਹ ਬਰਸਾਤ ਕਰਕੇ ਕੋਈ ਤਕਨੀਕੀ ਪ੍ਰੋਬਲਮ ਇਹਨਾਂ ਨੂੰ ਆਈ ਹੈ ਜਾਂ ਫਿਰ ਇਹ ਪਹਿਲਾਂ ਵੀ ਇਸ ਤਰ੍ਹਾਂ ਕਰਦੇ ਰਹੇ ਨੇ? ਦੇਖੋ ਜੀ, ਅਸੀਂ ਪਹਿਲੀ ਵਾਰ ਤੇਲ ਪਵਾਇਆ ਜੀ, ਇਹ ਤਾਂ ਪਤਾ ਨਹੀਂ ਵੀ ਤਕਨੀਕੀ ਪ੍ਰੋਬਲਮ ਬਰਸਾਤ ਕਰਕੇ ਆਈ ਜਾਂ ਪਹਿਲਾਂ ਵੀ ਆਈ ਆ, ਇਸ ਵਾਰ ਤਾਂ ਕੋਈ ਪੱਕਾ ਨਹੀਂ ਪਤਾ ਮੈਨੂੰ। ਪਰ ਇਹ ਜ਼ਰੂਰ ਹੈ ਵੀ ਜਿੰਨੀਆਂ ਗੱਡੀਆਂ ਨੇ ਇੱਥੋਂ ਤੇਲ ਪਵਾਇਆ ਉਹ ਸਾਰੀਆਂ ਹੀ ਮਕੈਨਿਕਾਂ ਕੋਲ ਖਲੋਤੀਆਂ ਨੇ, ਲਗਭਗ
डेढ़ पौने 200 गड्डी ने तेल पाया सी इतों 1 बजे तो लैके सारिया खलोतियां असी आके रोला पाया तो फिर इन्होंने अपना पेट्रोल पंप बंद कर सामने ढोल पिया ढोल में इन्हें न्यूजल चेक करी है अद्धे नौ ज़्यादा पानी भरया हुआ वो। अच्छा जी हाँ चेक कर सकते हो जी बिल्कुल। सो सिंह साहब का कहना है कि वो श्री आनंदपुर साहब दर्शन लिए जाते हैं जो तेल पवाया जाता है तो उन्होंने बाइक बंद होने लग जाता है। एक नहीं है मोटरसाइकिल कई खड़े ने इतने टंकियां खोलिया हुई हैं कुछ वो बंद खड़े कुछ दियाँ खोलनिया अजे टंकियां तो एक नामी कंपनी है रिलायंस तो रिलायंस वधिया पेट्रोल तो डीजल तो दूजिया पंपा नालों सस्ता डीजल देन का दावा करता है पर यह दावा कि यह सस्ता इस करके है भी लोगों कितने मिलावटी तो नहीं दिता जाता तकनीकी कारण रहे जां फिर पहला भी इस तरह दियाँ कुछ गल्लां सामने आउंदियां ने होर किहड़े ने जी भाजी तुहाडा भी होया जी। अच्छा कित्थों तुसीं माजरा खालसपुर पिंड जी माजरी जट्टा माजरी जट्टा यह पहली बार पवाया इस पंप तो। हाँ जी पहली बार पवाया सीगा जी। तो कोई मेरा भरा इत्थे कोई खड़े आ जी जिन्होंने पहला भी पवाया होवे जी तेल कोई है जिहड़े हैगे सी इत्थे किसी ने दस्सिया भी पहला भी करदे जां नहीं किन्ने कु लोग खड़े सी बहुत खड़े सी हुण की कुछ दे रहे आ तुहानू हुण जिन्ने दा तेल पाया सीगा पैसे वापस कर रहे ते टैंकियां साफ करा रहे टैंकियां साफ कराउण दा पैसा ही देणगे। हाँ जी आप दोंगे लैण ते ओह पैसे वापस कर रहे आ। हाँ जी पैसे वापस कर रहे ते जिहड़ा पेट्रोल तुहाडा विच पहलां सी उहदे पैसे कौण दऊगा उहदे पैसे भी देख के आ उहनां दे रहे ओह भी वापस दे रहे जिन्ने दा तेल सीगा विच भी जिन्ना जिन्ना विचों निकलदा उहनां पैसे दे रहे आ जी मिण के दे रहे जिन्ना विचों निकल रहे आ ना उहनां तेल। सो पैसे वापस दित्ते जा रहे आ लेबर दा खर्चा भी दित्ता जा रहा है ते होर मैं तुहानू एक दिखाउणा चाहुंदा कि एक ट्राला वड्डा घोड़ा कहिंदे आ जिहनू आपां सो ये घोड़ा खड़ा जी उह इन्होंने इत्थों टैंकी फुल करवाई है टैंकी फुल करवाउण तो बाद ये घोड़ा इत्थे ही रुक जांदा है ते इत्थे ही खड़ा है हुण ते वीर तेल दी बोतल जिहड़ी हैगी आ डीजल दी उह चक्की फिरदे ने आपां तुहानू दिखाउंदे आ सारा ते एक वार मैं हुण पंप नूं बंद किया गया है। सो फिलहाल पेट्रोल जां डीजल नहीं पाया जा रहा पूरी तरह दे नाल इस नूं बंद किया गया है क्योंकि लोगों का जमावड़ा बहुत ज़्यादा हो गया सी ते ओह आ रहा वीर मेरा इह ने जी जिन्हां दा ओह घोड़ा खड़ा टैंकी खड़ी आ वड्डी ते भाजी तुसीं ਚੱਕਿਆ ਹੋਇਆ ਬੋਤਲ ਦੇ ਵਿੱਚ ਪਵਾਇਆ ਸੀ ਤੁਸੀਂ ਨਹੀਂ 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 ਭਾਅ ਜੀ ਟੈਂਕੀ ਫੁੱਲ ਕਰਾਈ ਆ ਥੱਲੋਂ ਨਟ ਖੋਲ ਕੇ ਚੈੱਕ ਕੀਤਾ ਤਾਂ ਪਾਣੀ ਨਿਕਲ ਗਿਆ ਜੀ ਉਹ ਘੋੜਾ ਖੜਾ ਜੀ ਤੁਹਾਡਾ। ਹਾਂਜੀ ਉਹ ਸਾਹਮਣੇ ਘੋੜਾ ਖੜਾ ਜੀ 200 ਤਨੀ 300 ਲੀਟਰ ਦੀ ਟੈਂਕੀ ਪੂਰੀ ਬਰਬਾਦ ਹੋ ਗਈ ਆ। ਪਹਿਲਾਂ ਕਿੰਨਾ ਤੇਲ ਸੀ ਜੀ ਵਿੱਚ ਬਿੱਲ ਵਿੱਚ ਭਾਅ ਜੀ ਪਹਿਲਾਂ 60-70-80 ਲੀਟਰ ਤੇਲ ਸੀਗਾ 217 ਲੀਟਰ ਇੱਥੇ ਪਿਆ ਜੀ ਤੇ ਆਪਣਾ 300 ਲੀਟਰ ਪੂਰਾ ਬਰਬਾਦ ਹੋ ਗਿਆ ਤੇ 300 ਲੀਟਰ ਦੇ ਪੈਸੇ ਦੇ ਰਹੇ ਆ ਜੀ ਹੁਣੇ ਤੁਹਾਨੂੰ ਇਹ ਹੁਣ ਕਹਿ ਰਹੇ ਨੇ ਹੱਲ ਕਰ ਰਹੇ ਨੇ ਮੈਂ ਕਿਹਾ ਆਪਣਾ ਡੀਜ਼ਲ ਕੱਢ ਲਓ ਤੇ ਮੈਨੂੰ ਡੀਜ਼ਲ ਦੇ ਪੈਸੇ ਦੇ ਦਿਓ ਤੇ ਮੈਂ ਹੋਰ ਪਵਾ ਲਾਂ ਕਿਉਂਕਿ ਤੁਹਾਡਾ 70-80 ਦਾ ਵੀ ਹੁਣ ਉਹ ਬਰਬਾਦ ਹੀ ਹੋ ਗਿਆ ਭਾਅ ਜੀ ਹੁਣ ਤੁਸੀਂ ਲਾ ਲਓ ਤਾਂ ਸਾਰਾ ਹੀ ਬਰਬਾਦ ਹੋ ਗਿਆ ਜੀ 300 ਲੀਟਰ ਹੀ ਪੂਰਾ ਖਰਾਬ ਹੋ ਗਿਆ ਜੀ ਕਿਤੇ ਬਾਅਦ 'ਚ ਇਹਨਾਂ ਨਾ ਕਹਿਣ ਵੀ ਇਹ ਜਿਹੜਾ ਤੁਸੀਂ ਨਜਾਇਜ਼ ਸਾਨੂੰ ਦਿਖਾ ਸਕਦੇ ਹੋ ਪ੍ਰੈਕਟੀਕਲ ਤੁਸੀਂ ਕੱਢ ਕੇ ਦੇਖ ਲਓ ਹੁਣ ਭਾਅ ਜੀ ਪਤਾ ਕਿ ਆਹ ਪ੍ਰੈਕਟੀਕਲ ਹੁਣ ਕੀਤਾ ਸੀਗਾ ਭਾਅ ਜੀ ਉਹਨਾਂ ਟੈਂਕੀ ਦੂਏ ਲੈਬ ਵਾਲਿਆਂ ਨੂੰ ਵੀ ਦਿਖਾਈ ਆ ਮੈਂ ਤੇ ਹੁਣ ਇਹ ਕਹਿ ਰਹੇ ਨੇ ਜੀ ਆਪਣਾ ਵੀ ਹੱਲ ਕਰਦੇ ਹਾਂ ਅਤੇ ਬਾਕੀ ਆਹ ਘੋੜੇ 'ਚ ਵੀ ਤੇਲ ਪਿਆ ਸਾਰਿਆਂ ਦਾ ਬਰਬਾਦੀ ਹੋਏਗੀ ਹੈ ਜੀ। ਦਿੱਕਤ ਇਹ ਹੈ ਵੀ ਇਹਨਾਂ ਦਾ ਸਿਰਫ ਇਹੀ ਨੁਕਸਾਨ ਨਹੀਂ ਹੋਇਆ ਇਹਨਾਂ ਦਾ ਸਮਾਂ ਵੀ ਖਰਾਬ ਹੋਣਾ ਹੈ ਜਿਹੜਾ ਟਾਈਮ ਦੇ ਨਾਲ ਇਹਨਾਂ ਨੇ ਆਪਣਾ ਮਾਲ ਪਹੁੰਚਾਉਣਾ ਸੀ ਘੋੜੇ ਵਾਲਿਆਂ ਨੇ ਜਿੱਥੇ ਪਹੁੰਚਣਾ ਸੀ ਹੁਣ ਇੱਥੇ 4-5 ਘੰਟੇ ਇਹਨਾਂ ਦੇ ਬਰਬਾਦ ਹੋਣਗੇ ਇੰਨੇ ਕੁ ਹੋਣਗੇ ਜੀ। ਹਾਂਜੀ ਹਾਂਜੀ ਹੋਣਗੇ। ਅਤੇ ਤੁਹਾਡੇ ਕਿਸ ਚੀਜ਼ ਦੇ ਵਿੱਚ ਤੁਸੀਂ ਪਵਾਇਆ? ਅਸੀਂ ਸਰ ਏਜੰਸੀ ਤੋਂ ਨਵੀਂ ਬਾਈਕ ਲੈ ਕੇ ਆਏ ਆ CT 100। ਅੱਛਾ ਜੀ। ਅਜੇ ਕੈਸ਼ ਪੇਮੈਂਟ ਕਰਕੇ ਲੈ ਕੇ ਆਏ ਆ ਘਰ ਵੀ ਨਾ ਗਏ। ਅੱਛਾ ਠੀਕ ਹੈ ਜੀ। ਅੱਧਾ ਲੀਟਰ ਕੰਪਨੀ ਵਾਲਿਆਂ ਤੇਲ ਪਾਇਆ ਤੇ ਕਹਿੰਦੇ ਬਾਕੀ ਪੰਪ ਤੋਂ ਪਾਉਂਗਾ। ਅਸੀਂ ਪੰਪ ਤੋਂ ਆ ਕੇ ਹੋਰ ਤੇਲ ਪਵਾਇਆ ਜੀ 5 ਲੀਟਰ। ਅੱਛਾ ਜੀ। ਹਜੇ ਆ ਆਪਣਾ ਕ੍ਰੋਸ ਨਹੀਂ ਹੋਇਆ ਅਜੂਬਾ ਆਪਣਾ ਇਹ ਜਿੱਥੋਂ ਆਪਣਾ ਸਮੈਂਟ ਲੋਡ ਹੁੰਦਾ ਜੀ ਇੱਥੇ ਵਾਲਾ ਕੱਟ ਨਹੀਂ ਆਪਣਾ ਕ੍ਰੋਸ ਕੀਤਾ ਹੈਗਾ ਅਤੇ ਇਹਨੀ ਆਪਣਾ ਸਾਡਾ ਬਾਈਕ ਬੰਦ ਹੋ ਗਈ ਅਤੇ ਉਸ ਤੋਂ ਬਾਅਦ ਜਦੋਂ ਮੈਂ ਪੈਟਰੋਲ ਕੱਢ ਕੇ ਦੇਖਿਆ ਤਾਂ ਪੈਟਰੋਲ ਵਿੱਚ ਪਾਣੀ ਨਿਰਾ ਹੀ। ਅੱਛਾ। ਨਿਰਾ ਪਾਣੀ ਫਿਰ ਆ ਕੇ ਆਪਾਂ ਇੱਥੇ ਇਹਨਾਂ ਨੂੰ ਦਿਖਾਇਆ ਅਤੇ ਦਿਖਾਇਆ ਅਤੇ ਇਹਨਾਂ ਪੁੱਛੋ ਵੀ ਆਹ ਕੀ ਚੱਕਰ ਹੈ ਕੀ ਨਹੀਂ ਹੈ ਕਹਿੰਦੇ ਜੀ ਬਾਰਿਸ਼ ਕਰਕੇ ਪਾਣੀ ਵਿੱਚ ਆ ਗਿਆ ਟੈਂਕ ਦੇ। ਠੀਕ ਨਹੀਂ ਟੈਂਕ ਦੇ ਵਿੱਚ ਕਿੰਨਾ ਕੁ ਪਾਣੀ ਆ ਸਕਦਾ ਅਤੇ ਚਲੋ ਫਿਰ ਵੀ ਸਾਡਾ ਹੱਲ। ਕੀ ਲਗਵਾਇਆ ਤੁਸੀਂ? ਇਹ ਅਸੀਂ ਹੁਣ ਬਾਈਕ ਦਾ ਲਿਖਾਇਆ ਜੀ ਆਪਾਂ ਬਾਈਕ ਵੀ 1 ਮਹੀਨੇ ਦੇ ਅੰਦਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਡੇ ਪਰ ਕਲੇਮ ਕਰ ਸਕਦੇ ਆ। ਇਹਦੀ ਲੈਟਰ ਪੈਡ ਲਈ ਹੈ ਮੋਹਰ ਲਵਾਈ ਹੈ ਸਾਈਨ ਹੋਏ ਹੈ ਸਾਰਾ ਕੁਛ ਦਿਖਾ ਦਿਓ ਜੀ ਇੱਕ ਵਾਰ ਇਹ ਵੀ ਇਹ ਦੇਖੋ ਜੀ। ਸੋ ਕਿਉਂਕਿ ਕੱਲ੍ਹ ਨੂੰ ਇਹ ਸਬੂਤ ਹੈ। ਹਾਂਜੀ ਹਜੇ ਲੈ ਕੇ ਹੁਣੇ ਆਏ ਆ ਬਾਈਕ ਘਰੇ ਵੀ ਨਾ ਗਏ ਹੈਗੇ ਵੀਰ ਆਪਾਂ ਮੂਹਰਤ ਕਰਤਾ ਇਹਨਾਂ ਨੇ ਮੂਹਰਤ ਹੋ ਗਿਆ ਜੀ ਪੂਰਾ ਚੰਗੀ ਤਰ੍ਹਾਂ ਅਸੀਂ ਵੀ ਫਿਰ ਨਾਲ ਹੀ ਮੂਹਰਤ ਕਰਤਾ ਇਹਨਾਂ ਦਾ
ਤੇ ਸੁਣਨ ਦੇ ਵਿੱਚ ਆਇਆ ਇੱਥੇ ਇਹ ਝਗੜਾ ਵੀ ਕੀਤਾ ਹੈ ਪੰਪ ਵਾਲੇ ਨੇ ਕੀਤਾ ਜਾਂ ਤੁਸੀਂ ਕੀਤਾ ਜੀ? ਫਿਰ ਤੁਹਾਨੂੰ ਪਤਾ ਹੀ ਹੈ ਬਾਈ ਦੋਨੋਂ ਸਾਈਡ ਤੇ ਹੁੰਦਾ ਹੀ ਹੈ। ਜਿਹਨੂੰ ਆਪਣਾ ਕਿਸੇ ਦੀ ਮਸ਼ੀਨਰੀ ਖਰਾਬ ਹੁੰਦੀ ਹੈ, ਕੋਈ ਬਾਈਕ ਹੈ, ਕੋਈ ਗੱਡੀ ਹੈ, ਕੋਈ ਬੜੀ ਗੱਡੀ ਹੈ, ਟਰੱਕ ਹੈ, ਆਪਣਾ ਟਰਾਲਾ ਹੈ, ਨੁਕਸਾਨ ਜਿਹਦਾ ਹੁੰਦਾ ਉਹਨੂੰ ਗੁੱਸਾ ਤਾਂ ਆਉਂਦਾ ਹੀ ਹੈ, ਅਗਲਾ ਤਾਂ ਚਲੋ ਥੋੜ੍ਹੀ ਬਹੁਤੀ ਕਰਦਾ ਹੀ ਹੈ, ਅਗਲੇ ਪੰਪ ਵਾਲੇ ਨੇ ਵੀ ਥੋੜ੍ਹਾ ਬਹੁਤਾ ਕੁਛ ਬੋਲਿਆ ਹੀ ਹੈ। ਇੱਕ ਵਾਰ ਮਾਸਕ ਖੋਲ ਕੇ ਸ਼ਕਲ ਵੀ ਦਿਖਾ ਦਿਓ ਜੀ। ਲਓ ਜੀ, ਸੋ ਇਹ ਭਾਅ ਜੀ ਨੇ ਠੀਕ ਹੈ ਜਿਹੜੇ ਨਵੀਂ ਬਾਈਕ ਲੈ ਕੇ ਆਏ ਸੀ, ਪਰ ਇੱਥੇ ਨੁਕਸਾਨ ਹੋ ਗਿਆ ਇਹਨਾਂ ਦਾ। ਸਿਰਫ ਇਹੀ ਨਹੀਂ ਹੈ, ਕਿਉਂਕਿ ਲੋਕਾਂ ਨੇ ਆਪਣੇ ਘਰ ਪਰਤਣਾ ਸੀ, ਦੋ ਦੋ ਘੰਟੇ ਤਿੰਨ ਤਿੰਨ ਘੰਟੇ ਹੋ ਗਏ, ਉਹਨਾਂ ਦਾ ਸਮਾਂ ਵੀ ਬਰਬਾਦ ਹੋ ਰਿਹਾ। ਲੇਟ ਹੋ ਗਏ, ਬਾਕੀ ਹੁਣ ਦੇਖੋ ਜੀ, ਚਲੋ ਜੋ ਹੋ ਗਿਆ ਸੋ ਹੋ ਗਿਆ, ਬਾਕੀ ਰਿਸਪੋਂਸੀਬਿਲਟੀ ਆ ਸਾਨੂੰ ਤਾਂ ਦੇ ਦਿੱਤੀ ਜੀ, ਠੀਕ ਹੈ ਜੀ ਜੀ। ਬਾਕੀ ਅੱਗੇ ਹੋਰ ਗੱਡੀਆਂ ਵਾਲਿਆਂ ਨੂੰ ਦਿੰਦੇ ਆ ਜਾਂ ਨਹੀਂ ਦਿੰਦੇ ਆ, ਆਪਾਂ ਉਹਦੇ ਕੋਈ ਉਹ ਨਹੀਂ ਹੈਗਾ। ਸਰ ਕੀ ਕਹਿਣਾ, ਜਿਹੜਾ ਆਪਣਾ ਇੱਥੇ ਪੈਟਰੋਲ ਦੇ ਵਿੱਚ ਜਿਹੜਾ ਪਾਣੀ ਨਿਕਲ ਰਿਹਾ, ਇਸ ਬਾਰੇ ਤੁਹਾਡਾ ਕੀ ਕਹਿਣਾ? ਸਰ ਕੀ ਕਹਿਣਾ, ਜਿਹੜਾ ਆਪਣਾ ਇੱਥੇ ਪੈਟਰੋਲ ਦੇ ਵਿੱਚ ਜਿਹੜਾ ਪਾਣੀ ਨਿਕਲ ਰਿਹਾ, ਇਸ ਬਾਰੇ ਤੁਹਾਡਾ ਕੀ ਕਹਿਣਾ? ਸਰ ਜਿਹਨਾਂ ਨੇ ਟੈਂਕੀ ਫੁੱਲ ਕਰਵਾ ਲਈ ਆ, ਉਹਨਾਂ ਦੇ ਪੈਸੇ ਵਾਪਸ ਕਿੱਥੇ ਜਾਣਗੇ? ਜਿਹੜੇ ਟੈਂਕੀਆਂ ਵਿੱਚ ਜਿਹਨਾਂ ਨੂੰ ਪਾਣੀ ਆ ਗਏ ਸਰ, ਜਿਹਨਾਂ ਦੇ ਟੈਂਕੀਆਂ ਫੁੱਲ ਕਰਵਾ ਲਈ ਆ, ਸਰ ਲੋਕ ਉਹ ਤਾਂ ਕਹਿ ਰਹੇ ਖੁਦ ਭਲਾਏ ਕਿੱਥੇ ਜਾ ਰਹੇ ਜਿਹੜੇ ਬਾਹਰ ਖੜੇ ਹੋਏ, ਜਿਹੜੇ ਟੈਂਕੀਆਂ ਵਿੱਚ ਜਿਹਨਾਂ ਨੂੰ ਪਾਣੀ ਆ, ਸਰ ਲੋਕ ਉਹ ਤਾਂ ਕਹਿ ਰਹੇ ਖੁਦ ਭਲਾਏ ਕੇ ਕਰਵਾ ਰਹੇ ਜਿਹੜੇ ਬਾਹਰ ਖੜੇ ਆ। ਅੱਛਾ, ਬਾਕੀ ਤੁਸੀਂ ਇੱਥੇ ਬੈਠ ਕੇ ਦੋ ਮਿੰਟ ਇੱਥੇ ਪਤਾ ਲੱਗ ਜਾਣਾ।